ਅੱਜ ਸਾਡੇ ਬਗੀਚੇ 'ਚ ਦੇਖਾ ਕਿਆ ਸਬਜ਼ੀ ਲੱਗੀ ਹੋ ਹੈ। ਤੁਹਾ ਭਾਸ਼ਾ ਇਸੇ ਕਿਆ ਬੋਲਦੇ, ਸਾਡੀ ਪਹਾੜੀ ਭਾਸ਼ਾ 'ਤੇ ਅਸੀਂ ਬੋਲਦੇ ਕਿਉੜੀਆਂ ਕਹਿੰਦੇ ਕਿਉਂ। ਅਤੇ ਦੇਖਾ ਇਹ ਇੰਨੀਆਂ ਲੱਗਦੇ ਇੱਕ ਡਾਲੀ ਉੱਪਰ, ਇੱਕ ਡਾਲੀ ਉੱਪਰ ਨਾ 20-25 ਹੁੰਦੀਆਂ ਲੱਗੀਆਂ। ਕਹਿੰਦੇ ਜਿਤਨੀਆਂ ਸੋਫਟ ਹੋਣ ਉਤਨੀਆਂ ਜ਼ਿਆਦਾ ਟੇਸਟ ਬਣਨੀਆਂ। ਤਾਂ ਅੱਜ ਪਲੈਨ ਹੈ ਕਿ ਰਾਤੀ ਡਿਨਰ 'ਚ ਆ ਜਾਈ ਸੀ ਸਬਜ਼ੀ ਬਣਾਉਣੀ। ਦੋਸਤੋ ਤਾਂ ਕਿਆ ਹਾਲ ਚਾਲ ਤੁਹਾਨੂੰ ਸਾਰਿਆਂ ਦਾ? ਅੱਜ ਮੈਂ ਸੋਚਿਆ ਕਿ ਅੱਜ ਮੈਂ ਨਾ ਜਿਹੜੀ ਵੀਡੀਓ ਸੀ ਮੈਂ ਪਹਾੜੀ 'ਚ ਹੀ ਬਣਾਉਣੀ, ਕਿਉਂਕਿ ਅੱਜ ਮੈਂ ਨਾ ਕੁਛ ਸਪੈਸ਼ਲ ਆਪਣੀ ਪਹਾੜਾਂ ਦੀ ਸਬਜ਼ੀ ਹੀ ਲੱਗੀ ਸੀ ਬਣਾਉਣਾ। ਤਾਂ ਮੈਂ ਸੋਚਿਆ ਕਿਉਂ ਨਾ ਮੈਂ ਇਸ ਜਿਹੜੀ ਹੈ ਮੈਂ ਮਤਲਬ ਕਿ ਆਪਣੀ ਪਹਾੜੀ ਭਾਸ਼ਾ ਹੈ ਉਹ ਵੀ ਕਿੰਨਾ ਯੂਜ ਕਰਾਂ, ਕਿੰਨਾ ਪਹਾੜੀ ਸਬਜ਼ੀ ਮੈਂ ਤੁਹਾਨੂੰ ਦੱਸਦੀ। ਅਤੇ ਦੇਖਾਂ ਮੈਂ ਆਪਣੇ ਬਗੀਚੇ 'ਤੇ ਨਾ ਇਹ ਲਿਆਈ ਤੋੜੀ ਕੀ, ਇਸੇ ਬੋਲਦੇ ਆ ਹਾਂ ਕਿਉੜੀਆਂ, ਹੈ ਨਾ, ਕੁਛ ਅਸੀਂ ਉਹ ਕਿਉਂ ਵੀ ਬੋਲਦੇ, ਕਹਿੰਦੇ ਵੈਸੇ ਰਾਮ ਫਲੀ ਹੁੰਦੀ ਹੈ। ਤਾਂ ਇਹ ਸਾਡੇ ਬਗੀਚੇ 'ਚ ਨਾ ਇਹ ਮਤਲਬ ਕਿ ਸੀਜ਼ਨਲੀ ਲੱਗਦੀ ਸਬਜ਼ੀ, ਕਹਿੰਦੇ ਇਸ ਟਾਈਮ 'ਤੇ ਬੜੀ ਭਾਰੀ ਸਬਜ਼ੀ ਲੱਗੀ ਹੋ ਸਾਡੇ ਬਗੀਚੇ 'ਤੇ। ਤਾਂ ਦੋਸਤਾਂ ਜੋ ਨਾ ਹੋ ਸਕੇ ਮੇਰੀ ਭਾਸ਼ਾ ਜਿਹੜੀ ਹੈ ਸਮਝ ਵੀ ਨਾ ਆਏ, ਪਰ ਕਾਂਗੜੀ ਬੋਲੀ ਜਿਹੜੀ ਹੈ ਨਾ ਸਮਝ ਆ ਜਾਂਦੀ ਆਲਮੋਸਟ ਸਾਰਿਆਂ ਜੋ, ਕਿਉਂਕਿ ਮਤਲਬ ਕਿ ਮਿਕਸ ਭਾਸ਼ਾ ਹੁੰਦੀ ਨਾ। ਤਾਂ ਇਹ ਮਤਲਬ ਕਿ ਹਾਂ ਉੱਪਰ ਚੜ੍ਹ ਜਾਂਦੇ ਹਮੀਰਪੁਰੇ ਮੰਡੀ ਮੰਡਿਆਲੀ ਜਿਹੜੀ ਹੈ ਥੋੜ੍ਹੀ ਸਮਝਣਾ ਔਖੀ ਹੁੰਦੀ, ਸਾਡੀ ਜਿਹੜੀ ਕਾਂਗੜੀ ਭਾਸ਼ਾ ਹੈ ਨਾ ਇਹ ਆਲਮੋਸਟ ਸਾਰਿਆਂ ਸਮਝ ਆ ਜਾਂਦੀ। ਤਾਂ ਇੱਥੋਂ ਦੇਖ ਲਿਆ ਤਾਂ ਇੱਕ ਟੋਕਰੀ 'ਚ ਮੈਂ ਨਾ ਇਹ ਕਿਉਂ ਲੈ ਲਏ, ਹੈ ਨਾ। ਤਾਂ ਇਹਨੇ ਕੀ ਕਰਦਾ ਵੀ ਜਿਹੜੇ ਇਹਦੇ ਬਲੈਕ ਬਲੈਕ ਪਾਰਟ ਜਿਹੜੇ ਨਾ ਇਹ ਆਹਾਂ ਇਹ ਕੁਛ ਤਾਂ ਇਹ ਧੋਈ ਕੇ ਨਿਕਲ ਜਾਣੇ, ਕਹਿੰਦੇ ਕੁਛ ਜਿਹੜੇ ਨਾ ਆਹਾਂ ਇਹ ਕਰਦਾ ਕਹਿੰਦੇ ਕੱਟੀ ਕੀ ਵੀ ਕੱਢੀ ਦੇਣੇ। ਅਤੇ ਸਭ ਤੋਂ ਪਹਿਲੇ ਨਾ ਮੈਂ ਇਹਨੇ ਧੋਈ ਲੈਂਦੀ ਅੱਛੀ ਤਰ੍ਹਾਂ, ਅਤੇ ਫਿਰ ਇਹਨੇ ਦੱਸਦੀ ਮੈਂ ਕਿਆ ਕਰਨਾ, ਕਹਿੰਦੇ ਕਿਵੇਂ ਇਹਦੀਆਂ ਜਿਹੜੀਆਂ ਰੇਸ਼ੇ ਜਿਹੜੇ ਨੇ ਸੈ ਨਿਕਾਲਣੇ ਨੂੰ। ਤਾਂ ਤੁਸੀਂ ਦੇਖ ਸਕਦੇ ਜਿਹੜਾ ਸਭ ਤੋਂ ਉੱਪਰਲਾ ਇਹਦਾ ਪਾਰਟ ਹੈ ਨਾ ਇਹ ਆਹਾਂ ਮਤਲਬ ਕਿ ਕੱਢ ਲੈਣਾ ਇੱਕ ਨਾਈਫ ਦੀ ਸਹਾਇਤਾ ਕਰਨੇ। ਅਤੇ ਉਸ ਤੋਂ ਬਾਅਦ ਕਿਆ ਕਰਨਾ ਆਹਾਂ ਇਹਦਾ ਨਾ ਦੋ ਦੋ ਪੀਸ ਕਰ ਦੇਣੇ, ਅਗਰ ਛੋਟੀਆਂ ਹੋਗੀਆਂ ਜਾਂ ਥੋੜ੍ਹੀਆਂ ਮਤਲਬ ਕਿ ਸੋਫਟ ਹੋਗੀਆਂ ਸਹ ਆਹਾਂ ਨਹੀਂ ਕੱਟਣੀਆਂ, ਕਹਿੰਦੇ ਜਿਹੜੀਆਂ ਥੋੜ੍ਹੀਆਂ ਹਾਰਡ ਹੋਗੀਆਂ ਉਹ ਕੱਟ ਦੇਣੀਆਂ। ਤਾਂ ਇਸ 'ਚ ਨਾ ਆਲੂ ਵੀ ਪਾਉਂਦੇ, ਤਾਂ ਇਸ ਕਿਆ ਕਿਤੇ ਮੈਂ ਦੋ ਵੱਡੇ ਸਾਈਜ਼ ਦੇ ਆਲੂ ਲਿਓ, ਕਹਿੰਦੇ ਸਰ ਕੱਟੀ ਕਿਵੇਂ ਪਾਣੀ 'ਚ ਪਾਈ ਦਿੱਤੇ ਹੋ, ਕਿਉਂਕਿ ਜੇ ਆਹਾਂ ਪਾਣੀ 'ਚ ਨਹੀਂ ਭੰਗੇ ਨਾ ਤਾਂ ਇਹਨਾਂ ਕਾਲੇ ਹੋਈ ਜਾਣਾ। ਤਾਂ ਕਹਿੰਦੇ ਪਾਣੀ 'ਚ ਇੱਕ ਦੋ ਵਾਰੀ ਮੈਨੇ ਧੋਈ ਵੀ ਲਿਆ ਥਾ, ਜਾਂ ਕਿ ਇਹਨਾਂ ਦਾ ਜਿਹੜਾ ਸਟਾਰਚ ਆ ਨਿਕਲ ਜਾਂਦਾ। ਤਾਂ ਇੱਥੋਂ ਦੇਖਿਓ ਮੈਂ ਕਰਾਟੀ ਲੈ ਲਈ ਉਹ, ਅਤੇ ਕਰਾਟੀ 'ਚ ਮੈਂ ਪਾਈ ਦਿੱਤਾ ਸਰੋਂ ਦਾ ਤੇਲ, ਕਿਉਂਕਿ ਇਹ ਸਬਜ਼ੀ ਜਿਹੜੀ ਹੈ ਨਾ ਸਰੋਂ ਦੇ ਤੇਲ 'ਤੇ ਹੀ ਅੱਛੀ ਲੱਗਦੀ। ਕਹਿੰਦੇ ਦੂਜੀ ਗੱਲ ਕਿਆ ਹੈ ਕਿ ਜਿਹੜਾ ਸਰੋਂ ਦਾ ਤੇਲ ਹੈ ਨਾ ਇਸ ਤੇਲ ਥੋੜ੍ਹਾ ਦੇਸ਼ ਨਾ ਜ਼ਿਆਦਾ ਪਾਉਂਦਾ, ਕਿਉਂਕਿ ਡਰਾਈ ਹੁੰਦੀ ਸਬਜ਼ੀ ਅਤੇ ਇਹਦੇ ਕਾਰਨ ਤੇਲ ਥੋੜ੍ਹਾ ਇਹ 'ਚ ਜ਼ਿਆਦਾ ਪਾਉਂਦਾ। ਤਾਂ ਹੁਣ ਮੈਂ ਥੋੜ੍ਹਾ ਦੇਸ਼ ਕੇ ਪਾਉਣਾ ਮੇਥੀ ਦਾਣਾ, ਮੇਥੀ ਦਾਣਾ ਇਸ 'ਚ ਪਾਏਗੀ ਤਾਂ ਥੋੜ੍ਹਾ ਅਧਿਆ ਇਸੇ ਆਹਾਂ ਹਲਕਾ ਬਰਾਊਨ ਹੋਣਾ ਦੇਣਾ, ਜਿਸ 'ਤੇ ਚਲੋ ਮੇਥੀ ਦਾਣਾ ਚਟਕਣਾ ਲੱਪਾਂਗਾ, ਫਿਰ ਆਹਾਂ ਇੱਥੋਂ ਪਾ ਦੇਣਾ ਆਪਣਾ ਜਿਹੜੇ ਵੀ ਮੈਂ ਮਿਕਸ ਕੀਤੇ ਸੌਂਫ ਧਨੀਆ ਜੀਰਾ ਵੀ ਕਲੌਂਜੀ ਵਗੈਰਾ ਸਾਰੇ ਮਿਕਸ ਕੀਤੇ ਵਿੱਚ, ਤਾਂ ਅਸੀਂ ਆਹਾਂ ਇੱਥੋਂ ਪਾਈ ਦੇਣੇ। ਕਹਿੰਦੇ ਇਹਨੇ ਵੀ ਹਲਕਾ ਅਧਿਆ ਭੁੰਨੀ ਲੈਣਾ, ਕਹਿੰਦੇ ਭੁੰਨਣ ਦੇ ਬਾਅਦ ਮੈਂ ਥੋੜ੍ਹਾ ਅਧਿਆ 'ਚ ਇਹ ਰਾਈ ਦੇ ਬੀਜ ਦੇ ਉਹ ਵੀ ਮੈਂ ਤੜਕੇ 'ਚ ਪਾਈ ਤੇ, ਇਹਨਾਂ ਕਹਿੰਦੇ ਇਹਦਾ ਫਲੇਵਰ ਹੈ ਨਾ ਬੜਾ ਅੱਛਾ ਹੁੰਦਾ। ਕਹਿੰਦੇ ਉਸ ਤੋਂ ਬਾਅਦ ਕਿਆ ਕਰਨਾ ਕਿ ਜਿਹੜੇ ਆਹਾਂ ਇਹ ਪਿਆਜ਼ ਕਹਿੰਦੇ ਇਹ ਕੱਟੇ ਹੋਣਾ ਮੈਂ ਲਹਸਣ ਦੀਆਂ ਗ੍ਰੀਨ ਗ੍ਰੀਨ ਪਾਰਟ ਜਿਹੜੇ ਨੇ ਤਾਂ ਉਹ ਵੀ ਆਹਾਂ ਪਾਈ ਦੇਣੇ ਵਿੱਚ। ਕਹਿੰਦੇ ਇਸੇ ਪਿਆਜ਼ 'ਚੋਂ ਥੋੜ੍ਹਾ ਮਤਲਬ ਕਿ ਜ਼ਿਆਦਾ ਜ਼ਿਆਦਾ ਕਾਲਾ ਨਹੀਂ ਕਰਨਾ, ਮਤਲਬ ਗੋਲਡਨ ਬਰਾਊਨ ਤੱਕ ਹੀ ਹੋਣ ਤੱਕ ਹਾਂਜੀ ਭੁਣਾਉਣਾ ਪਾਉਣਾ ਸੀ। ਕਹਿੰਦੇ ਬਸ ਦੈਨ ਇਸੇ ਚੁਲਾਈ ਚੜ੍ਹਨਾ, ਇਸ ਟਾਈਮ 'ਤੇ ਆਹਾਂ ਚ ਪਾ ਦੇਣੇ ਆਲੂ, ਮਤਲਬ ਕਿ ਪਿਆਜ਼ ਜਿਹੜਾ ਹੈ ਹਲਕਾ ਹਲਕਾ ਹੀ ਕੱਚਾ ਕੱਚਾ ਰਹਿਣਾ ਚਾਹੀਦਾ ਸਾਡਾ ਨਾ, ਆਲੂ ਉਸ ਟਾਈਮ 'ਚ ਪਾ ਦੇਣੇ ਆਹਾਂ। ਇਸ ਟਾਈਮ 'ਤੇ ਆਲੂ ਕਹਿੰਦੇ ਪਿਆਜ਼ ਜੋ ਆਹਾਂ ਅੱਛੀ ਤਰ੍ਹਾਂ ਭੁੰਨੀ ਲੈਣਾ, ਥੋੜ੍ਹਾ ਜਿਹਾ ਆਹਾਂ ਪਾਣੀ ਆਪਣੇ ਮਸਾਲੇ, ਅਤੇ ਇਸ ਮੈਂ ਇਹ ਧਨੀਆ ਪਾਈ ਤੇ 2 ਚਮਚ, ਇਹ ਭੁੰਨਾ ਹੋਇਆ ਜੀਰਾ ਜੀਰਾ ਭੁੰਨਿਆ, ਇਹ ਹਲਦੀ ਪਾਊਡਰ ਪਾਈ ਤਾ, ਇਹ ਪਾਈ ਤੀ ਮੈਂ ਰੈਡ
ਚਿੱਲੀ ਪਾਊਡਰ ਅਤੇ ਨੇ ਇਹ ਤਾਂ ਆਈ ਹੈ ਨਮਕ। ਨਮਕ ਜਿਹੜਾ ਹੈ ਸਵਾਦ ਦੇ ਅਕੋਰਡਿੰਗ ਪਾਉਣਾ। ਹੁਣ ਥੋੜ੍ਹੀ ਜਿਹੀ ਆਹਾਂ ਛੁਪਾਉਣੇ ਕਾਲੀ ਮਿਰਚ ਪਾਊਡਰ ਨੂੰ ਆਸ਼ਾ ਅੱਛੀ ਹੈ ਘੁਮਾ ਜਾਣਾ ਬੜੇ ਵਧੀਆ ਤਰੀਕੇ ਨਾਲ। ਮੈਂ ਮਸਾਲਾ ਕਿੰਨਾ ਅੱਛਾ ਰੰਗ ਆਇਆ ਹੈ ਇਸ ਸਾਈਡੇ ਦੇਖਿਆ ਵੀ ਮੈਂ ਮਤਲਬ ਕਿ ਕੱਟੀ ਕੇ ਵੀ ਇੱਕ ਵਾਰੀ ਧੋਈ ਲਈ ਹੈ ਮੈਂ ਅੱਛੀ ਤਰ੍ਹਾਂ ਨੇ ਤਾਂ ਇਹ ਪਾਣੀ ਜਿਹੜਾ ਹੈ ਸਾਰਾ ਸੁੱਕੀ ਆ। ਅਤੇ ਹੁਣ ਕੀ ਕਰਨਾ ਸਾਡੇ ਆਲੂ ਜਿਹੜੇ ਨੇ ਪੁੱਜੀ ਹੋਏ ਤਾਂ ਆਹ ਇਹਨੇ ਇਸ ਪਾਈ ਜਾਣਾ ਇੱਕ ਵਾਰੀ ਆਲੂ। ਜਿਸ ਟਾਈਮ ਪਹਿਲਾਂ ਆਲੂ ਕਰੇ ਜਿਹੜਾ ਸਾਡਾ ਮਸਾਲਾ ਹੈ ਨਾ ਤੇਲ ਪੁੰਦਾ ਨਹੀਂ ਛੱਡਣਾ ਤਾਂ ਇਹਦਾ ਮਤਲਬ ਕਿਆ ਹੁੰਦਾ ਕਿ ਸਾਡੇ ਆਲੂ ਜਿਹੜੇ ਨਾ ਅੱਛੀ ਤਰ੍ਹਾਂ ਭੁੰਨੀ ਹੋ ਤਾਂ ਆਹ ਕੀ ਕਰਨਾ ਹੁਣ ਇਹ ਜਿਹੜੀ ਕਿਉੜੀਆਂ ਨੇ ਨਾ ਇਹ ਵੀ ਆਹ ਆਲੂਆਂ ਵਿੱਚ ਮਿਕਸ ਕਰ ਦੇਣੀ ਹੈ ਕਹਿੰਦਾ ਅੱਛੀ ਤਰ੍ਹਾਂ ਇਹਨੇ ਮਤਲਬ ਕਿ ਭੁੰਨੀ ਲੈਣਾ ਕਹਿੰਦੇ ਪਕਾਇਆ ਲੈਣਾ ਪਾਣੀ ਤੋਂ ਲੈ ਕੇ 6 ਮਿੰਟ ਤੱਕ ਨਾ ਇਸੇ ਉਹ ਢੱਕਣ ਲਗਾਈ ਕੇ ਪਕਾਉਣਾ ਕਿਉਂਕਿ ਮਤਲਬ ਕਿ ਆਲੂ ਤਾਂ ਵੈਸੇ ਵੀ ਸਾਡੇ ਗਲੇ ਹੀ ਹੁੰਦੇ ਥੋੜ੍ਹੇ ਦੇਰ ਨਾ ਪਰ 6 ਜਾਂ 5 ਮਿੰਟ ਲੱਗਦੇ ਇਸ ਕਿਉੜੀਆਂ ਜੋ ਗਲਣੇ ਤਾਂ ਹੀ। ਤਾਂ ਤੁਹਾਨੂੰ ਦੇਖੀ ਸਕਦੇ ਹੋ ਸਾਡੀ ਪਹਾੜੀ ਸਪੈਸ਼ਲ ਕਿਉੜੀਆਂ ਦੀ ਸਬਜ਼ੀ ਬਣੀ ਕੀ ਹੋਈ ਹੈ ਤਿਆਰ। ਕਹਿੰਦੇ ਖਾਣੇ 'ਚ ਬਹੁਤ ਜ਼ਿਆਦਾ ਟੇਸਟੀ ਹੁੰਦੀ। ਚਪਾਤੀਆਂ ਕਹਿੰਦੇ ਇਸੇ ਖਾ ਸਕਦੇ, ਪਰਾਂਠੀਆਂ ਕਹਿੰਦੇ ਵੀ ਇਸੇ ਖਾ ਸਕਦੇ। ਤਾਂ ਤੁਹਾਨੂੰ ਮੇਰੀ ਵੀਡੀਓ ਕਹਿੰਦੇ ਮੇਰੀ ਭਾਸ਼ਾ ਅਗਰ ਅੱਛੀ ਲੱਗੀ ਹੋਊਗੀ ਤਾਂ ਮੇਰੀ ਵੀਡੀਓ ਜੋ ਲਾਈਕ ਸ਼ੇਅਰ ਜ਼ਰੂਰ ਕਰਨੇ ਹੋ, ਕਹਿੰਦੇ ਮੇਰੇ ਚੈਨਲ ਜੋ ਵੀ ਸਬਸਕ੍ਰਾਈਬ ਕਰਨੇ ਹੋ। ਤਾਂ ਮੈਂ ਮਿਲਦੀ ਤੁਹਾਨੂੰ ਜੋ ਆਪਣੀ ਨੈਕਸਟ ਵੀਡੀਓ 'ਚ। ਤਦ ਤੱਕ ਤਾਈਂ ਬਾਏ ਬਾਏ, ਟੇਕ ਕੇਅਰ।